ਸਤਿ ਸ਼੍ਰੀ ਅਕਾਲ ਜੀ ਚੈਨਲ ਤੜਕਾ ਤੁੜਕਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਗੋਭੀ ਦੇ ਪਕੌੜੇ 1 ਕਿਲੋ ਗੋਭੀ ਲਈ ਹੈ ਇਹ ਮੈਂ ਫੁੱਲਾਂ ਨੂੰ ਮੈਂ ਛੋਟੇ-ਛੋਟੇ ਹਿੱਸਿਆਂ 'ਚ ਕੱਟ ਲਿਆ ਤੁਸੀਂ ਆਪਣੇ ਹਿਸਾਬ ਨਾਲ ਪੀਸ ਵੱਡੇ ਜਾਂ ਛੋਟੇ ਕਰ ਸਕਦੇ ਹੋ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਾਂਗੇ ਧੋਣ ਤੋਂ ਬਾਅਦ ਇਹਨੂੰ ਆਪਾਂ ਉਬਲਦੇ ਹੋਏ ਪਾਣੀ ਦੇ ਵਿੱਚ 10 ਮਿੰਟ ਭੋ ਕੇ ਰੱਖਾਂਗੇ ਜਦੋਂ ਪਾਣੀ ਉਬਲਣ ਲੱਗ ਜੂਗਾ ਆਪਾਂ ਗੈਸ ਨੂੰ ਤੁਸੀਂ ਬੰਦ ਕਰ ਦਿਓ ਤੇ ਉਸ ਤੋਂ ਬਾਅਦ ਇਹਦੇ 'ਚ ਗੋਭੀ ਪਾ ਕੇ ਰੱਖ ਦੇਣੀ ਆ 10 ਮਿੰਟਾਂ ਵਾਸਤੇ ਤਾਂ ਕਿ ਗੋਭੀ ਸਾਫ਼ ਵੀ ਹੋ ਜਾਏ ਤੇ ਪੋਲੀ ਵੀ ਤੇਦਰ ਆਪਾਂ ਬਣਾਵਾਂਗੇ ਜੀ ਚਟਣੀ ਇਹ ਲਿਆ ਮੈਂ ਅਦਰਕ ਮਾਲਵੇ ਦਾ ਠੇਡ ਛਾਬਦਾ ਨੂੰ ਆਦਾ ਵੀ ਬੋਲਿਆ ਜਾਂਦਾ ਤੇ ਥੋੜੀ ਜੀ ਲਈਆ ਮੈਂ ਲਸਣ ਪਕੌੜੇ ਬਣਾਵਾਂਗੇ ਜੀ ਆਪਾਂ ਸਪੈਸ਼ਲ ਤਰੀਕੇ ਨਾਲ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਇਹ ਲਈਆਂ ਨੇ ਮੈਂ ਹਰੀਆਂ ਮਿਰਚਾਂ ਇਹ ਘਰਦੀਆਂ ਨੇ ਇਸੇ ਕਰਕੇ ਥੋੜੀਆਂ ਜਿਹੀਆਂ ਛੋਟੀਆਂ ਨੇ ਤੇ ਇਧਰ ਆਪਾਂ ਘਰੋਂ ਹੀ ਹਰਾ ਧਨੀਆ ਵੀ ਤੋੜਿਆ ਇਹਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਇਹਨੂੰ ਵੀ ਕੱਟ ਲਾਂਗੇ ਆਪਾਂ ਚਟਣੀ ਆਪਾਂ ਬਣਾਵਾਂਗੇ ਜੀ ਮਿਕਸੀ 'ਚ ਤੁਸੀਂ ਕੁੰਡੇ 'ਚ ਵੀ ਕੁੱਟ ਸਕਦੇ ਹੋ ਅੱਜ ਥੋੜੀ ਜੀ ਕਾਲੀ ਐ ਸੋ ਆਪਾਂ ਬਣਾਵਾਂਗੇ ਮਿਕਸੀ ਦੇ ਵਿੱਚ ਪਹਿਲਾਂ ਆਪਾਂ ਲਸਣ ਤੇ ਹਰੀਆਂ ਮਿਰਚਾਂ ਪਾ ਲਾਂਗੇ ਨਾਲ ਹੀ ਆਪਾਂ ਪਾ ਦਾਂਗੇ ਆਦਰਕ ਤੇ ਫਿਰ ਆਪਾਂ ਪਾਵਾਂਗੇ ਜੀ ਕਾਫੀ ਸਾਰਾ ਹਰਾ ਧਨੀਆ ਜੇ ਤੁਹਾਡੇ ਕੋਲੇ ਦਹੀਂ ਹੈਗੀ ਤਾਂ ਇੱਥੇ ਇੱਕ ਚਮਚਾ ਜ਼ਰੂਰ ਪਾਓ ਇੱਕ ਚਮਚਾ ਮੈਂ ਲੂਣ ਦਾ ਪਾਤਾ ਇੱਕ ਚਮਚਾ ਪਾਇਆ ਜੀ ਮੈਂ ਜੀਰੇ ਦਾ ਇੱਕ ਚਮਚਾ ਪਾਵਾਂਗੇ ਆਪਾਂ ਸੁੱਕਾ ਧਨੀਆ ਜੇ ਤੁਹਾਡੇ ਕੋਲੇ ਹੈਗਾ ਤਾਂ ਪਾ ਲਿਓ ਨਹੀਂ ਇਸ ਤੋਂ ਬਿਨਾ ਵੀ ਜਿਹੜੇ ਆ ਪਕੌੜੇ ਬਹੁਤ ਜ਼ਿਆਦਾ ਸਵਾਦ ਬਣਦੇ ਨੇ ਅੱਧਾ ਚਮਚਾ ਮੇਂ ਲਾਲ ਮਿਰਚ ਦਾ ਪਾਤਾ ਇੱਥੇ ਆਪਾਂ 1/2 ਲੂਣ ਮਿਰਚ ਪਾ ਦੇਣਾ ਜਿੰਨਾ ਕ ਆਪਾਂ ਨੂੰ ਪਕੌੜਿਆਂ ਦੇ ਵਿੱਚ ਚਾਹੀਦਾ ਅੱਧਾ ਚਮਚ ਪਾਇਆ ਗਰਮ ਮਸਾਲੇ ਦਾ ਕਿਉਂਕਿ ਫਿਰ ਆਪਾਂ ਜਿਹੜਾ ਬੇਸਣ ਘੋਲਾਂਗੇ ਉਹਦੇ ਵਿੱਚ ਲਾਲ ਮਿਰਚ ਨਹੀਂ ਪਾਉਂਦੇ ਤੇ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਆਪਾਂ ਪੀਸ ਲਾਂਗੇ ਤੇਰੀ ਆਪਾਂ ਬਣਾ ਲਾਂਗੇ ਜੀ ਚਟਣੀ ਤੇ ਇਧਰ ਆਪਾਂ ਗੋਭੀ ਵੀ ਕੱਢ ਲਈ ਗਰਮ ਪਾਣੀ ਦੇ ਵਿੱਚੋਂ ਹੁਣ ਆਪਾਂ ਇਹਦੇ ਤੇ ਲਾਵਾਂਗੇ 2 ਚਮਚੇ ਬੇਸਣ ਦੇ ਤਾਂ ਕਿ ਜਿਹੜਾ ਗੋਭੀ ਵਿੱਚਲਾ ਪਾਣੀ ਆ ਉਸ ਖਤਮ ਹੋ ਜੇ ਸੋਕਲੇ ਵੇਸਣਾ ਨੂੰ ਤੇ ਨਾਲ ਹੀ ਸਾਰੀ ਚਟਣੀਆਂ ਜਿਹੜੀ ਆਪਾਂ ਪੀਸੀਸੀ ਮਿਕਸੀ ਦੇ ਵਿੱਚ ਉਹ ਵੀ ਲਾਵਾਂਗੇ ਅੱਜ ਕੁਦਰਤੀ ਮੇਰੇ ਕੋਲੇ ਦਹੀਂ ਨਹੀਂ ਸੀ ਖਤਮ ਹੋ ਗਈ ਸੀ ਜੇ ਤੁਹਾਡੇ ਕੋਲੇ ਹੈਗੀ ਆ ਤਾਂ ਜਰੂਰ ਪਾਇਓ ਦਹੀਂ ਪਾਉਣ ਨਾਲ ਪਕੌੜਿਆਂ ਦਾ ਸਵਾਦ ਦੁੱਗਣਾ ਹੋ ਜਾਂਦਾ ਇੱਕ ਚਮਚਾ ਦੋ ਚਮਚੇ ਜਰੂਰ ਪਾਇਓ ਤਾਜ਼ਾ ਦਹੀਂ ਤੇਨੂੰ ਆਪਾਂ ਚਟਣੀ ਨੂੰ ਚੰਗੀ ਤਰ੍ਹਾਂ ਸਾਰੇ ਪਕੌੜਿਆਂ ਦੇ ਉੱਤੇ ਲਾ ਦਾਂਗੇ ਹੱਥਾਂ ਦੇ ਨਾਲ ਤੇ 10 ਮਿੰਟ ਇਹਨਾਂ ਨੂੰ ਵੀ ਆਪਾਂ ਰੱਖ ਦਾਂਗੇ ਤਾਂ ਕਿ ਚਟਣੀਆਂ ਜਿਹੜੀ ਇਹਨੂੰ ਚੰਗੀ ਤਰ੍ਹਾਂ ਸੋਕ ਲੇ ਗੋਭੀ ਤੇ ਇਧਰ ਆਪਾਂ ਬਣਾਵਾਂਗੇ ਜੀ ਬੇਸਣ ਦਾ ਘੋਲ ਦੋ ਕੌਲੀਆਂ ਮੈਂ ਬੇਸਣ ਦੀਆਂ ਲਈਆਂ ਨੇ ਇਹਦੇ ਚ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਲੂਣ ਦੇਖ ਕੇ ਪਾਉਣਾ ਲੂਣ ਆਪਾਂ ਧਿਆਨ ਨਾਲ ਕਿਉਂਕਿ ਆਪਾਂ ਚਟਨੀ ਦੇ ਵਿੱਚ ਵੀ ਲੂਣ ਪਾਇਆ ਹੋਇਆ ਤੇ ਅੱਧਾ ਕ ਚਮਚ ਲਿਆ ਜੀ ਮੈਂ ਅਜਮਾਣ ਦਾ ਇਹਨੂੰ ਆਪਾਂ ਹੱਥਾਂ ਤੇ ਚੰਗੀ ਤਰ੍ਹਾਂ ਰਗੜ ਲਾਂਗੇ ਤਾਂ ਕਿ ਦਾ ਸਵਾਦ ਆ ਜਿਹੜਾ ਉਹ ਸਾਰਾ ਬਾਹਰ ਨਿਕਲ ਜੇ ਰਗੜਨ ਦੇ ਨਾਲ ਇਥੇ ਆਪਾਂ ਲਾਲ ਮਿਰਚ ਨਹੀਂ ਪਾਈ ਜੇ ਤੁਹਾਨੂੰ ਪਕੌੜਿਆਂ ਦਾ ਰੰਗ ਲਾਲ ਪਸੰਦ ਆ ਤਾਂ ਤੁਸੀਂ ਚਟਨੀ ਵਾਲੀ ਲਾਲ ਮਿਰਚ ਇੱਥੇ ਪਾ ਸਕਦੇ ਹੋ ਉੱਥੇ ਨਾ ਪਾਇਓ ਚਟਨੀ ਦੇ ਵਿੱਚ ਜਿੰਨਾਕ ਤੁਸੀਂ ଲੂਣ ਮਿਰਚ ਖਾਣਿਓ ਆਪਣੇ ਹਿਸਾਬ ਨਾਲ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਬੇਸਣ ਨੂੰ ਘੋਲ ਲਾਂਗੇ ਜੇ ਆਪਾਂ ਪਾਣੀ ਕੋਦਮ ਜ਼ਿਆਦਾ ਪਾ ਦਈਏ ਫਿਰ ਗੰਡਾ ਬਣ ਜਾਂਦੀਆਂ ਨੇ ਸੋ ਥੋੜਾ ਥੋੜਾ ਪਾਣੀ ਪਾ ਕੇ ਹਿਲਾਉਂਦੇ ਰਹਿਣਾ ਤੇ ਆਪਾਂ ਘੋਲ ਤਿਆਰ ਕਰ ਲਿਆ ਜੀ ਅੱਧਾ ਕ ਚਮਚ ਪਾਵਾਂਗੇ ਇੱਥੇ ਆਪਾਂ ਹਲਦੀ ਦਾ ਕਿਉਂਕਿ ਹਲਦੀ ਪਾਉਣ ਨਾਲ ਪਕੌੜਿਆਂ ਦਾ ਰੰਗ ਆ ਜਿਹੜਾ ਬਹੁਤ ਵਧੀਆ ਆਉਂਦਾ ਜੇ ਤੁਹਾਨੂੰ ਲਾਲ ਰੰਗ ਦੇ ਪਕੌੜੇ ਪਸੰਦ ਨਹੀਂ ਤਾਂ ਤੁਸੀਂ ਲਾਲ ਮਿਰਚ ਪਾ ਸਕਦੇ ਹੋ ਬੇਸਣ ਦੇ ਵਿੱਚ ਨਹੀਂ ਫਿਰ ਤੁਸੀਂ ਜਿਹੜੀ ਮਿਰਚ ਆ ਸਾਰੀ ਚਟਨੀ ਦੇ ਵਿੱਚ ਹੀ ਪਾ ਲਿਓ ਆਪਾਂ ਬਣਾਵਾਂਗੇ ਪੀਲੇ ਪੀਲੇ ਪਕੌੜੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਲੈਣਾ ਇਦਾਂ ਦਾ ਘੋਲ ਬਣਾ ਲੈਣਾ ਆਪਾਂ ਨਾ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਸੰਘਣਾ ਇਹਨੂੰ ਆਪਾਂ ਘੱਟੋ ਘੱਟ 5 ਮਿੰਟ ਇੱਕ ਪਾਸੇ ਚਲਾਉਂਦੇ ਰਹਿਣਾ ਫੈਂਟ ਦੇ ਰਹਿਣਾ ਫਿਰ ਆਪਾਂ ਨੂੰ ਕਿਸੇ ਮਿੱਠੇ ਸੋਡੇ ਦੀ ਲੋੜ ਨਹੀਂ ਬਹੁਤ ਜ਼ਿਆਦਾ ਪਕੌੜੇ ਆ ਜਿਹੜੇ ਆਪਣੇ ਫੁੱਲ ਕੇ ਤਿਆਰ ਹੋਣਗੇ ਚੰਗੀ ਤਰ੍ਹਾਂ ਫੈਂਟੇ ਜਾਣਾ ਤੇ ਉਦੋਂ ਆਪਾਂ 10 ਮਿੰਟ ਬੇਸਣ ਨੂੰ ਵੀ ਟਿਕਣ ਦੇਵਾਂਗੇ ਤੇ ਇਧਰ ਆਪਾਂ ਪਾ ਲਿਆ ਜੀ ਕੜਾਹੀ ਦੇ ਵਿੱਚ ਤੇਲ ਅੱਗ ਬਾਲ ਲਈ ਚੁੱਲ੍ਹੇ ਤੇ ਪਕੌੜੇ ਆਪਾਂ ਬਣਾਵਾਂਗੇ ਚੁੱਲ੍ਹੇ ਤੇ ਬੇਸਣ ਦੇ ਵਿੱਚ ਇੱਕ ਇੱਕ ਪਕੌੜਾ ਚੱਕ ਕੇ ਡੁਬੋਂਦੇ ਜਾਣਾ ਤੇ ਤੇਲ 'ਚ ਛੱਡਦੇ ਜਾਣਾ ਤੇਲ ਆ ਜਿਹੜਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਮੀਡੀਅਮ ਜੀ ਅੱਗ ਤੇ ਬਣਾਉਣਾ ਹੈ ਆਪਾਂ ਪਕੌੜੇ ਇੱਕ ਵਾਰੀ ਸਰੋਂ ਦੇ ਤੇਲ ਨੂੰ ਗਰਮ ਕਰਕੇ ਪੂਰਾ ਠੰਡਾ ਜ਼ਰੂਰ ਕਰਨਾ ਕਿਉਂਕਿ ਜੇ ਆਪਾਂ ਜਿਆਦਾ ਗਰਮ ਤੇਲ ਦੇ ਵਿੱਚ ਪਕੌੜੇ ਪਾਤੇ ਫਿਰ ਜਿਹੜੇ ਗੋਭੀ ਆਪਣੀ ਕੱਚੀ ਰਹਿ ਜੂਗੀ ਤੇ ਉਤੋਂ ਪਕੌੜੇ ਆਪਣੇ ਸੜ ਜਾਣਗੇ ਬਿਲਕੁਲ ਵੀ ਸੁਆਦ ਨਹੀਂ ਬਣਨੇ ਅੱਗ ਨੂੰ ਥੋੜਾ ਜਿਹਾ ਘੱਟ ਹੀ ਰੱਖਿਓ ਤੇ ਇਕੱਲੇ ਇਕੱਲੇ ਪਕੌੜੇ ਨੂੰ ਪਾਉਂਦੇ ਰਹਿਣਾ ਚਾਰ ਚੋ ਫਿਰੋਂ ਪਕੌੜੇ ਨੂੰ ਕੋਲ ਦੇ ਵਿੱਚ ਲਵੇੜ ਕੇ ਜਿਹੜਾ ਬਾਦੂ ਵੇਸਣਾ ਨੂੰ ਝਾੜ ਦੇਣਾ ਬਹੁਤ ਧਿਆਨ ਨਾਲ ਪਕੌੜੇ ਤਾਲਨੇ ਨੇ ਕਿਉਂਕਿ ਕਈ ਵਾਰੀ ਤੇਲ ਵੀ ਪੈ ਜਾਂਦਾ ਹੱਥਾਂ ਦੇ ਉੱਤੇ ਪੀਸ ਤੁਸੀਂ ਆਪਣੀ ਮਰਜ਼ੀ ਨਾਲ ਵੱਡੇ ਛੋਟੇ ਰੱਖ ਸਕਦੇ ਹੋ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਪਕੌੜੇ ਜ਼ਰੂਰ ਬਣਾ ਕੇ ਦੇਖਿਓ ਤੁਸੀਂ ਪਕੌੜੇ ਬਹੁਤ ਖਾਦੇ ਹੋਣੇ ਆ ਪਰ ਇਦਾਂ ਦੇ ਸਵਾਦ ਪਕੌੜੇ ਕਦੇ ਨਹੀਂ ਖਾਦੇ ਹੋਣੇ ਚਟਣੀ ਬਣਾਉਣ ਨਾਲ ਪਕੌੜਿਆਂ ਦਾ ਸਵਾਦ ਆ ਜਿਹੜਾ ਦੁੱਗਣਾ ਹੋ ਜਾਂਦਾ ਤੇ ਇਹ ਪਕੌੜੇ ਥੋੜੇ ਜਿਹਾ ਤਿੱਖੀ ਸਵਾਦ ਲੱਗਦੇ ਨੇ ਜਿਆਦਾ ਲੂਣ ਮਿਰਚ ਵਾਲੇ ਜੇ ਤੁਸੀਂ ਘੱਟ ਖਾਣੇ ਹੋ ਤਾਂ ਘੱਟ ਵੀ ਪਾ ਸਕਦੇ ਹੋ ਤੇ ਨੂੰ ਆਪਾਂ ਬਿਲਕੁਲ ਜੀ ਸੁਨਹਿਰਾ ਹੋਣ ਤੱਕ ਪਕਾ ਲਾਂਗੇ ਅੱਧੇ ਕ ਪਕਾਵਾਂਗੇ ਆਪਾਂ ਸਾਰੇ ਨਹੀਂ ਪਕਾਉਂਦੇ ਆਪਾਂ ਇਹਨਾਂ ਨੂੰ ਦਵਾਰੇ ਤਲਾਂਗੇ ਜੇ ਤੁਸੀਂ ਇੱਕ ਵਾਰੀ ਤਾਲਨੇ ਨੇ ਫਿਰ ਤੁਸੀਂ ਇਹਨਾਂ ਨੂੰ ਘੱਟ ਅੱਗ ਤੇ ਪੂਰਾ 5 ਤੋਂ 6 ਮਿੰਟ ਪਕਾਉਣੇ ਨੇ ਤਾਂ ਕਿ ਜਿਹੜੀ ਗੋਭੀ ਆਪਣੀ ਚੰਗੀ ਤਰ੍ਹਾਂ ਵਿੱਚੋਂ ਪੱਕ ਜੇ ਕੱਚੀ ਨਾ ਰਹੇ ਜਿਵੇਂ ਤੁਹਾਨੂੰ ਚੰਗੇ ਲੱਗਦੇ ਨੇ ਤੁਸੀਂ ਉਵੇਂ ਪਕਾ ਸਕਦੇ ਹੋ ਅੱਧੇ ਕ ਪੱਕ ਗਏ ਜੀ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਬਾਹਰ ਤੁਸੀਂ ਵੇਖ ਸਕਦੇ ਹੋ ਕਿੰਨੇ ਫੁੱਲ ਕੇ ਪਕੌੜੇ ਆਪਣੇ ਬਣੇ ਨੇ ਕੋਈ ਆਪਾਂ ਮਿੱਠਾ ਸੋਡਾ ਨਹੀਂ ਪਾਇਆ ਕੋਈ ਬੇਕਿੰਗ ਪਾਊਡਰ ਨਹੀਂ ਪਾਇਆ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਬੇਸਣ ਨੂੰ ਫੈਂਟਦੇ ਰਹਿਣਾ 5 ਮਿੰਟ ਪੂਰਾ ਬੇਸਣ ਨੂੰ ਚਮਚੇ ਨਾਲ ਘੋਲਦੇ ਰਹਿਣਾ ਤਾਂ ਕਿ ਬੇਸਣ ਦੇ ਵਿੱਚ ਹਵਾ ਆ ਜਾਏ ਜਿੰਨੀ ਹਵਾ ਹੋਊਗੀ ਬੇਸਣ ਦੇ ਵਿੱਚ ਓਨੇ ਜਿਹੜੇ ਪਕੌੜੇ ਆਪਣੇ ਫੁੱਲ ਕੇ ਤਿਆਰ ਹੋਣਗੇ ਜੇ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਪਕੌੜੇ ਬਣਾ ਕੇ ਖਾ ਲੇ ਤਾਂ ਕਦੇ ਵੀ ਤੁਸੀਂ ਗੋਭੀ ਦਾ ਪਕੌੜਾ ਕਿਸੇ ਹੋਰ ਤਰੀਕੇ ਨਾਲ ਨਹੀਂ ਬਣਾਉਣਾ ਇੱਕ ਬੈਚ ਆਪਾਂ ਕੱਢ ਲਿਆ ਜੀ ਉਸੇ ਤਰੀਕੇ ਨਾਲ ਆਪਾਂ ਹੋਰ ਸਾਰੇ ਪਕੌੜੇ ਤਾਲ ਲਾਂਗੇ ਇੱਥੇ ਥੋੜੀ ਜੀ ਅੱਗਾ ਜਿਹੜੀ ਆਪਣੀ ਤੇਜ਼ ਹੋ ਗਈ ਪਰ ਜਿਆਦੇ ਗਰਮ ਤੇਲ ਨਹੀਂ ਹੈਗਾ ਮੇਰਾ ਠੰਡਾ ਹੋ ਗਿਆ ਸੀ ਤੇ ਹੁਣ ਆਪਾਂ ਅੱਗਾ ਜਿਹੜੀ ਜੀ ਘੱਟ ਹੀ ਕਰ ਦਾਂਗੇ ਕਿਉਂਕਿ ਜੇ ਜਿਆਦੇ ਗਰਮ ਤੇਲ ਹੋਵੇ ਫਿਰ ਜਿਹੜੇ ਪਕੌੜੇ ਅੰਦਰੋਂ ਕੱਚੇ ਰਹਿ ਜਾਂਦੇ ਨੇ ਵਧੀਆ ਨਹੀਂ ਬਣਦੇ ਸੋ ਜ਼ਰੂਰ ਧਿਆਨ ਰੱਖਿਓ ਤੇਲ ਇੰਨਾ ਵੀ ਠੰਡਾ ਨਹੀਂ ਹੋਣਾ ਚਾਹੀਦਾ ਵੀ ਜਦੋਂ ਆਪਾਂ ਪਕੌੜੇ ਵਿੱਚ ਪਾਈਏ ਉਹ ਤੇਲ ਪੀ ਜਾਣ ਨਾ ਹੀ ਜਿਆਦੇ ਗਰਮ ਹੋਣਾ ਚਾਹੀਦਾ ਤੇਲ ਨਾ ਹੀ ਜਿਆਦੇ ਠੰਡਾ ਹੋਣਾ ਚਾਹੀਦਾ ਤੇ ਪਕੌੜਿਆਂ ਨੂੰ ਆਪਾਂ ਉਦੋਂ ਤੱਕ ਨਹੀਂ ਛੇੜਨਾ ਜਦੋਂ ਤੱਕ ਇੱਕ ਪਾਸਾ ਇਹਨਾਂ ਦਾ ਜਿਹੜਾ ਚੰਗੀ ਤਰ੍ਹਾਂ ਸੁੱਕ ਨਾ ਜਾਵੇ ਕਿਉਂਕਿ ਫਿਰ ਬੇਸਣ ਆ ਜਿਹੜਾ ਪਕੌੜਿਆਂ ਦੇ ਨਾਲੋਂ ਅਲੱਗ ਹੋ ਜਾਂਦਾ ਜੇ ਆਪਾਂ ਕੱਚੇ ਪਕੌੜਿਆਂ ਨੂੰ ਹੀ ਛੇੜ ਦਈਏ ਤੇ ਜੇ ਆਪਾਂ ਚੰਗੀ ਤਰ੍ਹਾਂ ਬੇਸਣ ਨੂੰ ਝਾੜ ਕੇ ਪਕੌੜਿਆਂ ਨੂੰ ਤੇਲ 'ਚ ਪਾਈਏ ਫਿਰ ਜਿਹੜਾ ਤੇਲ ਆਪਣਾ ਖਰਾਬ ਨਹੀਂ ਹੁੰਦਾ ਆਪਾਂ ਤੁਹਾਨੂੰ ਹਰ ਵੀਡੀਓ 'ਚ ਕਹਿੰਨੇ ਆ ਵੀ ਆਪਣੇ ਬੱਚਿਆਂ ਨੂੰ ਘਰੇ ਸਾਫ਼ ਸੁਥਰਾ ਜ਼ਰੂਰ ਬਣਾ ਕੇ ਦਿਆ ਕਰੋ ਅੱਜ ਬੇਟੇ ਦੀ ਡਿਮਾਂਡ ਸੀ ਜੇ ਐਤਵਾਰ ਦਾ ਦੇਣਾ ਕਹਿੰਦਾ ਮਮਾ ਗੋਭੀ ਵਾਲੇ ਪਕੌੜੇ ਖਾਣੇ ਨੇ ਸੋ ਆਪਾਂ ਬਣਾਤੇ ਤੇ ਹੁਣ ਆਪਾਂ ਇਹਨਾਂ ਨੂੰ ਤਲਾਂਗੇ ਜੀ ਦੂਜੀ ਵਾਰੀ ਪਕੌੜੇ ਨੂੰ ਆਪਾਂ ਆਪਣੀਆਂ ਥੇਲੀਆਂ ਦੇ ਵਿੱਚ ਰੱਖ ਰਹਿਣਾ ਚੰਗੀ ਤਰ੍ਹਾਂ ਗੋਭੀ ਨੂੰ ਦਬਾ ਦੇਣਾ ਤੇ ਫਿਰ ਆਪਾਂ ਇਹਨੂੰ ਛੱਡਾਂਗੇ ਤੇਲ 'ਚ ਦਵਾਰੇ ਇਸ ਤਰੀਕੇ ਨਾਲ ਕਰਨ ਨਾਲ ਪਕੌੜੇ ਜਿਹੜੇ ਬਹੁਤ ਜ਼ਿਆਦਾ ਸਵਾਦ ਬਣਦੇ ਨੇ ਤੇ ਬਹੁਤ ਜ਼ਿਆਦਾ कुरकुਰੇ ਬਣਦੇ ਨੇ ਕ੍ਰਿਸਪੀ ਬਣਦੇ ਨੇ ਦੋਨਾਂ ਹੱਥਾਂ ਦੇ ਵਿੱਚ ਆਪਾਂ ਪਕੌੜੇ ਨੂੰ ਦਬਾ ਦੇਣਾ ਤੇ ਫਿਰ ਆਪਾਂ ਤੇਲ ਦੇ ਵਿੱਚ ਛੱਡੀ ਜਾਣਾ ਇੱਥੇ ਜਿਹੜਾ ਤੇਲ ਆ ਵਧੀਆ ਥੋੜਾ ਗਰਮ ਹੋਣਾ ਚਾਹੀਦਾ 1 ਮਿੰਟ ਤੱਕ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਸਾਰਿਆਂ ਨੂੰ ਭਨ ਭਨ ਆਪਾਂ ਹੱਥਾਂ ਦੇ ਨਾਲ ਵਿੱਚ ਪਾਈ ਜਾਵਾਂਗੇ ਇਸ ਚਟਨੀ ਦਾ ਸਵਾਦ ਆ ਜਿਹੜਾ ਪਕੌੜਿਆਂ ਦੇ ਵਿੱਚੋਂ ਇੰਨਾ ਜ਼ਿਆਦਾ ਵਧੀਆ ਲੱਗਦਾ ਹਲਵਾਈ ਦੇ ਪਕੌੜੇ ਵੀ ਇਸ ਪਕੌੜਿਆਂ ਦੇ ਸਾਹਮਣੇ ਫਿੱਕੇ ਲੱਗਦੇ ਨੇ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਬਾਕੀ ਫਿਰ ਆਪਾਂ ਜੀ ਇਸ ਤੇਲ ਨੂੰ ਵੀ ਵਰਤ ਸਕਦੇ ਆ ਘਰੇ ਸਾਫ਼ ਸੁਥਰਾ ਬਣਾਉਣੇ ਆ ਆਪਾਂ ਨੂੰ ਪਤਾ ਆਪਣੇ ਬੱਚਿਆਂ ਨੂੰ ਆਪਾਂ ਕੀ ਦੇ ਰਹੇ ਆਂ ਸਾਰੇ ਪਕੌੜਿਆਂ ਦਾ ਤੇਲ ਆ ਜਿਹੜਾ ਆਪਾਂ ਚੰਗੀ ਤਰ੍ਹਾਂ ਕੜਾਹੀ ਦੇ ਵਿੱਚ ਝਾੜ ਦਾਂਗੇ ਤੇ ਇਹਨਾਂ ਨੂੰ ਵੀ ਆਪਾਂ ਇੱਕ ਪਾਸੇ ਰੱਖ ਲਾਂਗੇ ਬਹੁਤ ਵਧੀਆ ਜਿਹੜੇ ਪਕੌੜੇ ਨੇ ਆਪਣੇ ਬਣ ਕੇ ਤਿਆਰ ਹੋਏ ਨੇ ਤੇ ਦੂਜੇ ਪਕੌੜਿਆਂ ਨੂੰ ਵੀ ਆਪਾਂ ਉਸੇ ਤਰ੍ਹਾਂ ਕੜਾਹੀ ਦੇ ਵਿੱਚ ਪਾ ਦਾਂਗੇ ਭਨ ਕੇ ਦੋਨੇ ਹੱਥਾਂ ਦੇ ਵਿੱਚ ਹਥੇਲੀਆਂ ਦੇ ਨਾਲ ਆਪਾਂ ਦਬਾ ਲੈਣਾ ਇਹਦੇ ਨਾਲ ਜੇ ਕਿਤੇ ਗੋਭੀ ਕੱਚੀ ਰਹਿ ਜਾਂਦੀ ਆ ਉਹ ਵੀ ਤਲ ਜਾਂਦੀ ਆ ਤੇ ਸਵਾਦ ਵੀ ਦੁੱਗਣਾ ਹੋ ਜਾਂਦਾ ਆ ਬਿਲਕੁਲ ਜਿੱਦਾਂ ਆਪਾਂ ਕਿਸੇ ਬਾਜ਼ਾਰ 'ਚ ਰੇੜੀ ਤੇ ਖੜਕੇ ਪਕੌੜੇ ਖਾਣੇ ਉਹ ਜਿਹਾ ਸਵਾਦ ਆਉਂਦਾ। ਨਾਲ ਆਪਾਂ ਤਨੀਏ ਦੀ ਲਸਣ ਵਾਲੀ ਚਟਨੀ ਵੀ ਰੱਖ ਸਕਦੇ ਆ ਥੋੜੀ ਜਿਹੀ ਖਾਣ ਵਾਸਤੇ ਜਾਂ ਫਿਰ ਤੁਸੀਂ ਮਿਲੀ ਦੀ ਸੌਸ ਵੀ ਲੈ ਸਕਦੇ ਹੋ। ਲਓ ਜੀ ਬਣਾਓ, ਖਾਓ ਤੇ ਇੰਜੋਏ ਕਰੋ ਆਪਣੀ ਫੈਮਿਲੀ ਦੇ ਨਾਲ। ਚਲੋ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਵਸਦੇ ਰਹੋ ਖੁਸ਼ ਰਹੋ ਆਪਣੇ ਬੱਚਿਆਂ ਨੂੰ ਜਰੂਰ ਕਰੇ ਸਾਫ਼ ਸੁਥਰਾ ਬਣਾ ਕੇ ਦਿਆ ਕਰੋ ਜੇ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ